अस्सलाम वालेकुम सारे दोस्तों नू वेलकम साडे यूट्यूब चैनल एग्री कंसल्टेंट MM नदीम दे विच। अज असी तुहाडी जिहड़ी पसंदीदा वरायटी HF86 आ उहदी एक नवीं वीडियो लैके हाज़र होए हां। को पहले भी दिखाई सी ते अज शिफ्ट होई माशाल्लाह फ्रूटिंग नाल भरे हुए पौधे तुहानू दिखावांगे। ते ताहर साहब साडे नाल 26 सितंबर नू शिफ्ट कीती सी, ताहर साहब साडे नाल मौजूद आ। ਕਿਹੜੇ ਨੂੰ 26 ਸਤੰਬਰ 26 ਸਤੰਬਰ ਨੂੰ ਮਿਰਚ ਸ਼ਿਫਟ ਹੋਈ ਸੀ ਤੇ ਮਾਸ਼ਾਅੱਲਾ ਪੌਦੇ ਫਰੂਟਿੰਗ ਨਾਲ ਭਰੇ ਪਏ ਆ ਮਿਰਚ ਦੇ ਨਾਲ। ਇਹਦੇ ਸਭ ਤੋਂ ਅਗੇਤੀ ਤਰੀਨਾ ਇਹਦੇ ਮੁਕਾਬਲੇ ਦੇ ਵਿੱਚ ਕੋਈ ਵੈਰਾਈਟੀ ਵੀ ਹਾਲੇ ਸ਼ਿਫਟ ਹੋਈ ਆ, ਕਿਸੇ ਨੇ ਪੌਦਾ ਸਟਰਕਚਰ ਬਣਾਉਣਾ ਵੀ ਸਟਾਰਟ ਨਹੀਂ ਕੀਤਾ ਤੇ ਫੁੱਲਾਂ ਦੇ ਨਾਲ ਮਿਰਚ ਨਾਲ ਭਰੀ ਹੋਈ ਮਾਸ਼ਾਅੱਲਾ ਇਹ ਸਾਰੀ ਫਰੂਟ ਨਾਲ। ਇਸ ਲਈ ਅੱਜ ਤਾਰ ਸਾਹਿਬ ਨਾਲ ਗੱਲ ਕਰਾਂਗੇ ਇਹਦੇ ਹਵਾਲੇ ਨਾਲ, ਵੈਰਾਈਟੀ ਦੇ ਨਾਲ ਤੁਹਾਨੂੰ ਮਿਰਚਾਂ ਵੀ ਪੌਦੇ ਵੀ ਦਿਖਾਵਾਂਗੇ। ਆਹ ਦੇਖੋ ਜੀ ਪਹਿਲੇ ਮਾਸ਼ਾਅੱਲਾ। ਹਾਂਜੀ ਇਹ ਦੇਖੋ ਨਾ ਸਾਰਾ ਫਰੂਟ ਆ, ਫਲਾਵਰਿੰਗ ਫਲਾਵਰਿੰਗ ਜਿੰਨੀ ਹੈ ਪੂਰੇ ਦਾ ਪੂਰਾ ਫਰੂਟ ਬਣ ਰਿਹਾ ਹੈ। ਇਹ ਪੌਦਾ ਦੇਖੋ ਮਾਸ਼ਾਅੱਲਾ। ਫਿਰ ਅਕਸਰ ਬੰਦਿਆਂ ਨੂੰ ਦੇਸੀ ਟਾਈਪ ਦਾ ਹੈ ਸੀ ਕਿ ਪਤਾ ਨਹੀਂ ਦੇਸੀ ਟਾਈਪ ਹੋਏਗੀ ਸ਼ੇਪ ਜਾਂ ਨਹੀਂ, ਤੁਸੀਂ ਆਹ ਦੇਖ ਸਕਦੇ ਜਿੰਨੇ ਇਹ ਫਰੂਟ ਮਾਸ਼ਾਅੱਲਾ ਗੁੱਛਿਆਂ ਦੀ ਸ਼ਕਲ ਦੇ ਵਿੱਚ ਔਰ ਜਿੰਨੇ ਫਲਾਵਰ ਆ ਉਨੇ ਹੀ ਫਰੂਟ ਆ। ਜਿੰਨੇ ਦੇਖੋ ਜਿਹੜੀ ਲੱਗੀ ਆ ਉਹ ਤਿਆਰ ਹੋ ਰਹੀ ਆ, ਫੁੱਲ ਕਿਰਿਆ ਨਹੀਂ ਕੋਈ ਵੀ ਨਹੀਂ। ਇਹ ਦੇਖੋ ਨਾ ਇਹ ਦੇਖੋ ਇਹ ਲੱਗੀ ਆ ਤੇ ਇਹ ਵੀ ਮਿਰਚ ਬਣ ਰਹੀ ਆ, ਇਹ ਵੀ ਬਣ ਰਹੀ ਆ। ਹੁਣ ਇੱਕ ਪੌਦੇ ਦੇ ਨਾਲ ਇਹਦੇ ਨਾਲ ਹੀ ਤਾਰ ਸਾਹਿਬ ਗਿਨੋ ਕਿੰਨੀਆਂ ਮਿਰਚਾਂ ਤਿਆਰ, ਗਿਣਤੀ ਕਰੋ। 2 3 4 5 6 7 8 9 4 13 14 ਫਰੂਟ ਆ ਇਹਦੇ ਨਾਲ। 14 ਫਰੂਟ ਇਸ ਇੱਕ ਪੌਦੇ ਦੇ ਨਾਲ ਤਿਆਰ ਆ ਤੇ ਬਾਕੀ ਜਿਹੜੇ ਛੋਟੇ ਆ ਉਹ ਵੀ ਕੋਈ ਨਹੀਂ ਵੀ ਕੋ ਕਿਰ ਨਹੀਂ ਰਿਹਾ, ਸ਼ੈਡਿੰਗ ਨਹੀਂ ਹੋ ਰਹੀ। ਨਹੀਂ ਕਿਹਦੇ ਸਾਰੇ ਮਾਸ਼ਾਅੱਲਾ ਠੀਕ ਆ। ਛੋਟੇ ਪੌਦੇ ਇਹ ਛੋਟਾ ਪੌਦਾ ਤੁਸੀਂ ਇਹਦੇ ਦੇਖੋ, ਇਹ ਛੋਟਾ ਪੌਦਾ ਇਹਦੇ ਨਾਲ ਵੀ ਆ ਦੇਖੋ ਤਿਆਰ ਹੋ ਰਹੇ ਸਾਰੇ। ਇਹ ਦੇਖੋ ਇਹ ਦੇਖੋ ਹਾਂਜੀ ਮਾਸ਼ਾਅੱਲਾ ਇਹ ਤਿਆਰ ਹੋ ਰਹੀ ਹੈ ਬੜੀ ਹੈ, ਉਸ ਤਰ੍ਹਾਂ ਉਸੇ ਹਿਸਾਬ ਨਾਲ ਨਹੀਂ ਆ ਜਿਸ ਹਿਸਾਬ ਨਾਲ ਤੁਹਾਡੀ ਆ ਰਹੀ। ਬਿਲਕੁਲ ਸਾਰੀ ਜਿਹੜਾ ਫਲਾਵਰ ਲੱਗਦਾ ਨਾ ਉਹਦਾ ਫਰੂਟ ਬਣ ਡਿਵੈਲਪ ਹੋ ਰਿਹਾ। ਅੱਛਾ ਸਰ ਇੱਕ ਦਫਾ ਦੁਬਾਰਾ ਦੱਸ ਦਿਓ ਫਾਰਮਰ ਦੋਸਤਾਂ ਨੂੰ ਵੀ ਕਿਹੜੀ ਡੇਟ ਨੂੰ ਇਹ ਸ਼ਿਫਟ ਹੋਈ ਹੈ। ਸਰ 26 ਸਤੰਬਰ 2022 ਨੂੰ ਟ੍ਰਾਂਸਫਰ ਕੀਤੀ ਪਨੀਰੀ, 26 ਸਤੰਬਰ ਨੂੰ ਟ੍ਰਾਂਸਫਰ ਹੋਈ ਹੈ। ਹਾਂਜੀ ਤੇ ਮਾਸ਼ਾਅੱਲਾ ਸਾਡੀ ਜ਼ਮੀਨ ਵੀ ਕੁਛ ਮਾੜੀ ਸੀਗੀ, ਅਸੀਂ ਬਤੌਰੇ ਟ੍ਰਾਇਲ ਲਾਈ ਸੀਗੀ, ਲੇਕਿਨ ਇਹਨੇ ਐਕਸੀਲੈਂਟ ਰਿਜ਼ਲਟ ਸਾਨੂੰ ਦਿੱਤਾ। ਇਹਦੇ ਵਿੱਚ ਤੁਸੀਂ ਦੇਖੋ ਆ ਕਿੰਨੀ ਅੱਛੀ ਵੈਰਾਈਟੀ ਆ, ਛੋਟਾ ਛੋਟਾ ਹੈਗਾ ਤਾਂ ਔਰ ਸਾਰਾ ਉੱਪਰ ਅਸੀਂ ਇਹ ਸ਼ੈੱਡ ਜਿਹਾ ਬਣਾਇਆ ਆ, ਛਾਪਰ ਪਾਇਆ ਤਾਂ ਉਹਦੇ ਵਿੱਚ ਹੀ ਨਾ ਸਾਰੇ ਇਹਦੀ ਆ ਰਹੀ ਆ। ਹਾਂਜੀ ਉਹ ਹਾਈ ਸ਼ੈੱਡ ਦੇ ਤੌਰ ਤੇ ਬਣਾ ਕੇ ਤਾਂ ਉਹਦੇ ਛਾਪਰ ਇਹਦੇ ਪਾਇਆ ਉਹ ਸਾਰਾ ਨਾ ਬਿਹਤਰੀਨ। ਸਿਰ ਸਰ ਜੀ ਸਾਡੇ ਬਹੁਤ ਸਾਰੇ ਦੋਸਤਾਂ ਦਾ ਇਹ ਆ ਵੀ ਇੱਕ ਤੇ ਸ਼ੇਪ ਤੋਂ ਬੜੇ ਪਰੇਸ਼ਾਨ ਸੀਗੇ ਵੀ ਦੇਸੀ ਟਾਈਪ ਹੋਏਗੀ ਤੇ ਕੜਵੀ ਹੋਏਗੀ। ਪਿਓਰ ਦੇਸੀ ਟਾਈਪ ਔਰ ਇੰਤਹਾਈ ਕੜਵੀ ਹੈ, ਇਹਨੂੰ ਦੇਖਿਆ ਚੈੱਕ ਕੀਤਾ ਇਹ ਬਹੁਤ ਜ਼ਿਆਦਾ ਕੜਵੀ ਆ। ਇਹ ਇੱਕ ਫਰੂਟ ਤੁਸੀਂ ਨਾ ਜਿਹੜਾ ਮੈਚੋਰ ਆ ਉਹ ਤੋੜ ਕੇ ਸਾਨੂੰ ਦਿਖਾਓ ਜ਼ਰਾ, ਜਿਹੜੇ ਮੇਰੇ ਦੇਸੀ ਪਸੰਦ ਕਰਦੇ। ਇਹ ਦੇਖੋ ਪਿਓਰ ਦੇਸੀ ਟਾਈਪ ਆ, ਇਹਦਾ ਛਿਲਕਾ ਦੇਖ ਲਓ ਤੁਸੀਂ ਕਿੰਨਾ ਬਰੀਕ ਆ ਔਰ ਇਹਦੀ ਕੜਵੀ ਇੰਤਹਾਈ ਜ਼ਿਆਦਾ ਆ, ਕਿਉਂਕਿ ਖਾਣੀ ਤੇ ਮੁਮਕਿਨ ਨਹੀਂ ਹੈਗੀ ਐਦਾਂ ਛਿਲਕਾ ਤੇ ਕੜਵਾਹਟ ਇਹਦੀ, ਕੜਵਾਹਟ ਇਹਦੀ ਬਹੁਤ ਇਹਦੀ ਸਮੈਲ ਵੈਸੇ ਹੀ ਆਣ ਲੱਗ ਪੈਂਦੀ ਤੋੜਨ ਦੇ ਨਾਲ, ਖਾਣ ਦੀ ਕੀਮਤ ਹੀ ਪਤਾ ਲੱਗਣ ਡਿਆ ਆ ਵੀ ਇਹ ਦੇਖੋ ਤੁਸੀਂ ਚੈੱਕ ਕਰਕੇ ਦੇਖੋ ਕਿੰਨੀ ਕੜਵੀ ਆ। ਹਾਂ ਬਿਲਕੁਲ ਖਾਣ ਦੀ ਤਾਂ ਹਿੰਮਤ ਹੀ ਨਹੀਂ ਹੈ ਜਿੰਨੀ ਉਹ ਸਮੈਲ ਨਹੀਂ ਹੈ, ਕਿਉਂਕਿ ਜਿੰਨੀ ਸਮੈਲ ਛੱਡਦੀ ਹੈ ਨਾ ਔਰ ਇਹ ਨਾ ਖਰਾਬ ਨਹੀਂ ਹੁੰਦੀ ਜਲਦੀ। ਹਾਂਜੀ ਇਹ ਸਾਡੇ ਦੋਸਤ ਨੇ ਨਦੀਮ ਸਾਹਿਬ ਇਹ ਉਹਨਾਂ ਦੀ ਰਹਿਨਮਾਈ ਦੇ ਵਿੱਚ ਉਹਨਾਂ ਨੇ HF86 ਵੈਰਾਈਟੀ ਰეკਮੈਂਡ ਕੀਤੀ, ਡਰਦਿਆਂ ਡਰਦਿਆਂ ਹੌਸਲਾ ਕਰਕੇ ਲਾ ਲਏ ਤੇ ਲੇਕਿਨ ਉਹਦਾ ਰਿਜ਼ਲਟ ਮਿਲਿਆ ਉਹ ਮਾਸ਼ਾਅੱਲਾ ਬੜੇ ਮਾਹਿਰ ਨੇ। ਹਾਂਜੀ ਉਹੀ ਮੈਂ ਪੁੱਛ ਰਿਹਾ ਸੀਗਾ ਵੀ ਕਿਹਦੀ ਗਾਈਡੈਂਸ ਨਾਲ ਤੁਸੀਂ ਕਰ ਰਹੇ ਹੋ। ਨਦੀਮ ਸਾਹਿਬ ਨੇ ਜੀ, ਹਾਂਜੀ ਨਦੀਮ ਸਾਹਿਬ ਨੇ ਜੀ ਮਾਸ਼ਾਅੱਲਾ ਬਹੁਤ ਪਿਆਰ ਵਾਲੇ ਦੋਸਤ ਸਾਡੇ ਤੇ ਉਹ ਖੀਰਾ ਵਗੈਰਾ ਕਰੇਲਾ ਟਮਾਟਰ ਇਹ ਜਿੰਨੀਆਂ ਵੀ ਸਬਜ਼ੀਆਂ ਨਾਲ ਜੇ ਅਗਰ ਕੋਈ ਪ੍ਰੋਬਲਮ ਹੁੰਦਾ ਮੈਂ ਤੇ ਉਹਨਾਂ ਨਾਲ ਹੀ ਨਾ ਡਿਸਕਸ ਕਰਦਾ ਹੁਣ, ਉਹਨਾਂ ਕੋਲ ਰਹਿਨਮਾਈ ਲੈਨੇ, ਉਹਨਾਂ ਦਾ ਐਕਸਪੀਰੀਅੰਸ ਬਹੁਤ ਆ। ਬਿਲਕੁਲ ਉਹ ਮਾਸ਼ਾਅੱਲਾ ਨਾ ਬਹੁਤ ਅੱਛਾ ਜਿਹੜੀ ਕੋਈ ਸਾਲਟ ਰეკਮੈਂਡ ਕਰਦੇ ਆ ਨਾ, ਹਾਂਜੀ ਉਹਦਾ ਰਿਜ਼ਲਟ ਜਿਹੜਾ ਨਾ ਖਾਤਰ ਖਾ ਮਿਲਦਾ ਆ। ਬਿਲਕੁਲ ਸਾਡੇ ਚੈਨਲ ਦੇ ਵੀ ਕੰਸਲਟੈਂਟ ਵੀ ਹੈ, ਅਸੀਂ ਤਾਂ ਆਪਣੇ ਦੋਸਤਾਂ ਸਾਰਿਆਂ ਨੂੰ ਕਹਿੰਦੇ ਕਿ ਕੋਈ ਵੀ ਕ੍ਰਾਪ ਹੈ ਨਹੀਂ ਮੈਂ ਤੇ ਆ ਹੁਣ ਮਿਰਚ ਦੇ ਮਾਮਲੇ 'ਚ ਕਾਹੇ ਬਕਾਹੇ ਉਹਨਾਂ ਨਾਲ ਰਾਬਤੇ 'ਚ ਰਿਹਾ ਤੇ ਸਾਡੇ ਕੋਲ ਜਿੰਨੀ ਉਹ ਕਹਿ ਰਹੇ ਸੀ ਉਨੀ ਤਵੱਜੋ ਨਹੀਂ ਦੇ ਹੋਈ, ਇਸ ਦੇ ਬਾਵਜੂਦ ਥੋੜੀ ਜਿਹੀ ਲਾਪਰਵਾਹੀ ਦੇ ਬਾਵਜੂਦ ਵੀ ਆ ਦੇਖੋ ਕਿੰਨੀ ਅੱਛੀ ਫਸਲ ਆ ਸਾਡੀ। ਅਸੀਂ ਆਪਣੇ ਨਾਜ਼ਰੀਨ ਨੂੰ ਪਹਿਲੇ ਵੀ ਮੈਂ ਅਕਸਰ ਦੱਸਦਾ ਕਿ ਜਿਹੜੇ ਬੰਦੇ ਨੂੰ ਕੋਈ ਵੀ ਇਸ਼ੂ ਆ ਰਿਹਾ ਵਾ ਉਹ ਨਦੀਮ ਸਾਹਿਬ ਦਾ ਅਸੀਂ ਵੀਡੀਓ ਦੇ ਵਿੱਚ ਨੰਬਰ ਵੀ ਦਿੰਨੇ ਆ, ਐਗਰੀ ਕੰਸਲਟੈਂਟ ਨੇ ਸਾਡੇ, ਉਹਨਾਂ ਨਾਲ ਰਾਬਤੇ ਕਰ ਸਕਦੇ। ਕਿਸੇ ਦੀ ਮਿਰਚ ਤਿਆਰ ਨਹੀਂ ਹੋ ਰਹੀ ਜਾਂ ਪੌਦਾ ਸਟਰਕਚਰ ਨਹੀਂ ਬਣਾ ਰਿਹਾ, ਕੋਈ ਵੀ ਗੱਲ ਪੁੱਛਣੀ ਆ ਤੁਸੀਂ ਪੌਦਾ ਨਹੀਂ ਚੱਲ ਰਿਹਾ ਜਾਂ ਕਿਸੇ ਹਵਾਲੇ ਦੇ ਨਾਲ ਵੀ ਕੋਈ ਫੋਰੀਅਰ ਲੈਣਾ ਪੈਸਟੀਸਾਈਡ ਦੇ ਨਾਲ, ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਆ ਤੇ ਬਿਹਤਰੀਨ ਮਸ਼ਵਰਾ ਦੇਣਗੇ ਇਨਸ਼ਾਅੱਲਾ ਹਰ ਚੀਜ਼ ਹਰ ਕ੍ਰੌਪ ਦੇ ਮਾਹਰ। ਇਹਦੇ 'ਚ ਇਹ ਨਹੀਂ ਕਿ ਅਗਰ ਕਿਸੇ ਬੰਦੇ ਨੇ ਸਾਡੀ ਵੈਰਾਈਟੀ ਨਹੀਂ ਲਗਾਈ ਤੇ ਉਹ ਰਾਬਤਾ ਨਾ ਕਰੇ, ਵੀ ਜਿਹਨੇ ਲਗਾਈ ਉਹੀ ਲਵਾਓ। ਤੁਸੀਂ ਇਸੇ ਸ਼ੈੱਡ ਦੇ ਵਿੱਚ ਹੀ ਦੇਖੋ ਆ ਹੋਰ ਵੈਰਾਈਟੀ ਵੀ ਲਗਾਈ ਆ, ਠੀਕ ਹੋ ਗਿਆ। ਹਾਂਜੀ ਉਹ ਕੰਪੈਰੀਜ਼ਨ ਵੀ ਹੋ ਜਾਏਗਾ 16। ਤੁਸੀਂ ਇਹਦਾ HF86 ਦਾ ਦੇਖੋ ਰਿਜ਼ਲਟ, ਇਹਦੀ ਫਰੂਟਿੰਗ ਦੇਖੋ, ਆਪਾਂ ਇਹਨਾਂ ਦੂਸਰੀ ਵੈਰਾਈਟੀ ਵੀ ਦਿਖਾਓ ਵਿੱਚ। ਇਹ ਦੂਸਰੀ ਵੈਰਾਈਟੀ ਵੀ ਤੁਸੀਂ ਆ ਚੈੱਕ ਕਰੋ ਜ਼ਰਾ, ਇਹ ਲਾਈਨਾਂ ਦੋ ਕਲਾਈਆਂ ਇਹਦੀਆਂ। ਹਾਂਜੀ ਤੇ ਉਹ ਦੇਖੋ ਪੌਦੇ ਦਾ ਸਾਈਜ਼ ਕਿੰਨਾ ਬੜਾ, ਹੁਣ ਇਹਦਾ ਸਾਈਜ਼ ਦੇਖੋ ਤੇ ਇਹਦਾ ਸਾਈਜ਼ ਦੇਖੋ ਤੇ ਇਹਨੂੰ ਹਲੇ ਤੱਕ ਕੋਈ ਫਰੂਟ ਨਹੀਂ ਆਇਆ। ਹਾਂਜੀ ਇਹ ਦੇਖੋ ਨਾ
ਸ਼ਾਇਦ ਕਿਸੇ ਪੌਦਾ ਇਹਦੇ ਨਾਲ ਇੱਕ ਆ ਛੋਟਾ ਜਿਹਾ ਬਣਿਆ। ਹਾਂਜੀ ਸਿਰਫ ਇੱਕ ਬਣਿਆ, ਇੱਕ ਬਣਿਆ। ਫਿਰ ਪੌਦੇ ਦਾ ਤੁਸੀਂ ਸਟਰਕਚਰ ਦੇਖੋ, ਸਟਰਕਚਰ ਦੇਖੋ, ਸਿਰਫ ਉਹ ਵੱਧ ਰਹੀ ਆ। ਇਹ ਦੇਖੋ ਆ ਛੋਟਾ ਜਿਹਾ ਪੌਦਾ, ਉਹਦੇ ਬਿਲਕੁਲ ਆ ਬਰਾਬਰ ਤੇ ਆ। ਇਹ ਦੇਖੋ ਇਹਦੇ ਨਾਲ ਵੀ ਪੰਜ ਤਿੰਨ ਛੇ ਮਿਰਚਾਂ ਜਿਹੜੀਆਂ ਇਸ ਵੇਲੇ ਤਿਆਰ ਆ ਇਹਦੀਆਂ, ਬਿਲਕੁਲ ਛੋਟਾ ਜਿਹਾ ਪੌਦਾ। ਤੇ ਸਟਰਕਚਰ ਵੀ ਝਾੜੀ ਨੂੰ ਮਾਇਦਾ ਬਣ ਰਿਹਾ, ਉਹਦਾ ਨਹੀਂ ਬਣ ਰਿਹਾ, ਉਹ ਸਿੱਧਾ ਨਾ ਤਾਂ ਨੂੰ ਜਾ ਰਿਹਾ, ਸਿੱਧਾ ਉੱਪਰ ਜਾ ਰਿਹਾ, ਇੱਕੋ ਦਿਨ ਦੀ ਸ਼ਿਫਟਿੰਗ ਆ, ਇਕੱਠੀ ਲੱਗੀ ਹੋਈ ਆ, ਇੱਕੋ ਦਿਨ ਦਾ ਇਹਦੀ ਪਨੀਰੀ ਲਾਈ ਸੀ ਡੇਟ ਆਫ ਸੋਇੰਗ ਆ। ਹਾਂਜੀ, ਤੇ ਲੇਕਿਨ ਇਹਦਾ ਮੁਆਵਜ਼ਨਾ ਕੀਤਾ ਜਾਵੇ ਤੇ ਸਾਡੀ ਜਿਹੜੀ ਐਚ ਐਫ 86 ਆ ਨਾ, ਇਹ ਆ ਜੀ ਐਚ ਐਫ 86 ਜ਼ਰਾ ਕਲੋਜ਼ ਅਪ ਇਹਦਾ ਲੈ ਲਈਓ, ਜ਼ਰਾ ਬਹੁਤ ਹੀ ਬਿਹਤਰ ਆ ਸਾਡੀ ਵੀਡੀਓ ਮਿਰਚ ਜਿਹੜੀ ਆ। ਹਾਂਜੀ, ਦੇਸੀ ਟਾਈਪ ਹਾਈਬ੍ਰਿਡ ਦੇ ਵਿੱਚ ਐਚ ਐਫ 86 ਇਹ ਜਿਸ ਤਰ੍ਹਾਂ ਹਾ ਪੈਕਟ ਤੇ ਤਸਵੀਰ ਆ ਇਹਦੇ ਨਾਲੋਂ ਵੱਧ ਤੇ ਆ ਆ। ਦੂਸਰਾ ਸਰ ਦੱਸਣਾ ਚਾਹਾਂਗਾ ਮੈਂ ਕਿ ਉੱਪਰ ਨੰਬਰ ਦੇਣ ਦਾ ਮਕਸਦ ਇੱਕ ਇਹ ਵੀ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਵਿੱਚ ਰეკਮੈਂਡ ਕਰ ਰਹੇ ਹਾਂ ਸਾਡੀਆਂ ਵੈਰਾਈਟੀਆਂ ਸਾਰਾ ਦਿਖਾਇਓ, ਜਿਹੜਾ ਉੱਪਰ ਫਲਾਵਰਿੰਗ ਵੀ ਕਿੰਨੀ ਆ ਰਹੀ ਤੇ ਨਾਲ ਫਰੂਟ ਵੀ ਤਿਆਰ ਹੋਈ ਜਾ ਰਿਹਾ, ਉੱਪਰ ਫਲਾਵਰ ਵੀ ਆ ਰਹੇ ਆ। ਬਿਲਕੁਲ, ਇਹ ਸਾਰੀਆਂ ਜਿਹੜੀਆਂ ਫਲਾਵਰ ਜ਼ਾਇਆ ਨਹੀਂ ਹੁੰਦਾ, ਇਹਦਾ ਸਭ ਤੋਂ ਵੱਡੀ ਗੱਲ ਇਹ ਆ ਸਾਰਾ ਜ਼ਰਾ ਕਿਤੇ ਵੈਰਾਈਟੀਆਂ ਜਿਹੜੀਆਂ ਨਾ ਫਲਾਵਰ ਜ਼ਾਇਆ ਹੁੰਦਾ ਉਹਨਾਂ ਦਾ। ਮੈਂ ਕਿਹਾ ਕਿ ਉੱਪਰ ਨੰਬਰ ਦੇਣ ਦਾ ਮਕਸਦ ਇਹ ਹੈ ਕਿ ਸਾਡੇ ਕੋਲੋਂ ਤੁਹਾਨੂੰ ਮਿਲ ਸਕਦੀ ਹਰ ਚੀਜ਼। ਉੱਪਰ ਅਸੀਂ ਨੰਬਰ ਇਸ ਲਈ ਦੇ ਰਹੇ ਹਾਂ, ਆਪਣੇ ਕੰਟੈਕਟ ਨੰਬਰ ਜਿਹੜੀਆਂ ਵੈਰਾਈਟੀਆਂ ਸਾਡੀਆਂ ਵਾ ਜਾਂ ਫੋਲੀਅਰ ਦੇ ਕੋਈ ਵੀ ਚੀਜ਼ ਅਸੀਂ ਦਵਾਂਗੇ ਉਹ ਸਾਡੇ ਕੋਲੋਂ ਹੀ ਮਿਲੇਗੀ ਤੁਹਾਨੂੰ। ਇਹ ਦੇਖੋ ਮਾਸ਼ਾਅੱਲਾ, ਹਾਂ ਮਾਸ਼ਾਅੱਲਾ, ਇਹਦੀ ਕਾਊਂਟਿੰਗ ਕਰੋ ਕਿੰਨੀਆਂ ਬਣਦੀਆਂ ਇਹਦੀਆਂ ਮਿਰਚਾਂ। 2 3 4 5 6 7 8 ਤਕਰੀਬਨ 10 ਮਿਰਚਾਂ ਇੱਥੇ ਤਿਆਰ ਆ ਜੀ। ਹਾਂਜੀ, ਜਿਹੜਾ ਪੌਦਾ ਵੀ ਦੇਖ ਲਓ, ਮਤਲਬ ਅਸੀਂ ਰੈਂਡਮਲੀ ਦਿਖਾ ਰਹੇ ਹਾਂ ਤੁਹਾਨੂੰ, ਇਹ ਨਹੀਂ ਕਿ ਵਿੱਚੋਂ ਪੌਦੇ ਲੱਭ ਲੱਭ ਕੇ ਦਿਖਾ ਰਹੇ ਹਾਂ ਸਾਰੇ। ਇਹ ਦੇਖ ਲਓ ਨਾਲ ਦੇ ਦੇਖ ਲਓ, ਅਗਲਾ ਦੇਖ ਲਓ, ਜਿਹੜਾ ਮਰਜ਼ੀ ਪੌਦਾ ਦੇਖ ਲਓ, ਹਰ ਪੌਦੇ ਦੇ ਨਾਲ ਮਿਰਚਾਂ ਉਸੇ ਤਰ੍ਹਾਂ ਇੱਕ ਰੂਟੀਨ ਨਾਲ ਤੁਹਾਨੂੰ ਲਾਈਨ ਵਾਈਜ਼ ਦਿਖਾ ਰਹੇ ਹਾਂ। ਹਾਂਜੀ, ਇਹ ਹੈ ਕਿਸੇ ਨਾਲ ਕੰਮ ਕਿਸੇ ਨਾਲ ਜ਼ਿਆਦਾ, ਲੇਕਿਨ ਹਰ ਪੌਦੇ ਦੇ ਨਾਲ ਮਿਰਚਾਂ 16 ਜਿਹੜੀ ਦਿਖਾਈ ਹੈ ਨਾ, ਹਾਂਜੀ, ਉਹਦੀਆਂ ਬੜੀਆਂ ਲੋਕ ਤਾਰੀਫਾਂ ਕਰਦੇ ਸੀ ਅਗੇਤੀ ਦੀ ਵੀ, ਸਾਰੇ ਤੋਂ ਪਹਿਲਾਂ ਅਗੇਤੀ ਦੀ ਵੀ ਉਹ ਫਰੂਟ ਜੀ ਬਹੁਤ ਅੱਛਾ ਲੈਂਦੀ, ਉਹਦੀ ਫਲਾਵਰਿੰਗ ਅੱਛੀ, ਲੇਕਿਨ ਉਹਦਾ ਇਹਦਾ ਸਟਰਕਚਰ ਦਾ ਤੇ ਉਹਦਾ ਫਰੂਟ ਦਾ ਹੀ ਬਹੁਤ ਫਰਕ ਆ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਐਕਸੀਲੈਂਟ ਜੀ, ਮਾਸ਼ਾਅੱਲਾ, ਕੜਵੀ ਬਹੁਤ ਆ, ਸਭ ਤੋਂ ਇਹਦੀ ਬੜੀ ਜਿਹੜੀ ਖਸੂਸੀਅਤ ਆ ਨਾ, ਇਹ ਕੜਵੀ ਬਹੁਤ ਆ। ਬਾਕੀ ਨਦੀਮ ਸਾਹਿਬ ਨੇ ਜਿਹੜੀ ਰਹਿਨਮਾਈ ਤੁਹਾਨੂੰ ਦੇ ਰਿਹਾ, ਮਾਸ਼ਾਅੱਲਾ ਨਜ਼ਰ ਆ ਰਹੀ ਆ ਕਿ ਪੌਦੇ ਦੇ ਸਟਰਕਚਰ ਦੇ ਵਿੱਚ ਲੇਕਿਨ ਉਹ ਜਿੱਦਾਂ ਕਹਿ ਰਹੇ ਸਾਡੇ ਕੋਲ ਤਾਂ ਪਹੁੰਚ ਨਹੀਂ ਹੋ ਰਿਹਾ, ਕੁਝ ਖੀਰੇ ਦਾ ਵੀ ਮਸਲਾ ਹੈ, ਉਧਰ ਟਮਾਟਰ ਵਗੈਰਾ ਲਗਾਇਆ ਆਇਆ ਸੀ। ਬਿਲਕੁਲ, ਤੇ ਇਧਰ ਪੂਰੀ ਤਵੱਜੋ ਨਹੀਂ ਆਈ, ਲੇਕਿਨ ਅੱਜ ਆ ਫਰੂਟ ਦੇਖ ਕੇ ਨਾ ਮਜ਼ਾ ਆਇਆ ਤੇ ਹੁਣ ਦਿਲ ਕਰਦਾ ਵੀ ਇੱਥੇ ਜ਼ਿਆਦਾ ਤੋਂ ਜ਼ਿਆਦਾ ਤਵੱਜੋ ਦਈਏ। ਤੇ ਹਾਂਜੀ, ਤੇ ਬਾਕੀ ਫਰਟੀਲਾਈਜ਼ਰ ਵੀ ਤੁਸੀਂ, ਹਾਂਜੀ ਉਹ ਕਹਿੰਦੇ ਸੀ ਇਹਨੂੰ ਕਰੋ ਥੋੜਾ ਜਿਹਾ ਨਾਈਟ੍ਰੋਜਨ ਦਿਓ, ਨਾਈਟ੍ਰੋਜਨ ਨਦੀਮ ਸਾਹਿਬ ਨੇ ਦੱਸਿਆ ਸੀਗਾ। ਬਿਲਕੁਲ, ਇਹਨੂੰ ਨਾਈਟ੍ਰੋਜਨ ਜਿਹੜੀ ਹੈ ਨਾ, ਕੱਲ ਹੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ, ਕਹਿੰਦੇ ਸੀ ਇਹਨੂੰ ਨਾਈਟ੍ਰੋਜਨ ਤੇ ਦਿੱਤਾ ਇੱਕ ਬੈਗ, ਸਹੀ, ਲੇਕਿਨ 2-3 ਦਿਨ ਦੇ ਵਕਫੇ ਤੋਂ ਬਾਅਦ ਇਹਨੂੰ ਨਾਈਟ੍ਰੋਜਨ ਇਸ ਵੈਰਾਈਟੀ ਨੂੰ ਕੁਝ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਚਾਹੀਦੀ ਹੈ, ਕਿਉਂਕਿ ਫਰੂਟਿੰਗ ਜ਼ਿਆਦਾ ਲੈ ਰਹੀ ਹੈ। ਇਹਦੀ ਇੱਕ ਹੋਰ ਵੀ ਖੂਬੀ ਹੈ, ਹਾਂਜੀ, ਇਹਦੀ ਖੂਬੀ ਇਹ ਹੈ ਵੀ ਇਹ ਜਿਹੜੀ ਹੈ ਨਾ ਵੈਰਾਈਟੀ, ਇਹਨੂੰ ਪਾਣੀ ਕਿਤੇ ਜ਼ਿਆਦਾ ਵੀ ਲੱਗਦਾ ਨਾ, ਤੁਸੀਂ 77 ਦੇ ਵਿੱਚ ਵੀ ਇਹਨੂੰ ਪਾਣੀ ਲਾ ਸਕਦੇ ਹੋ। ਦੂਸਰੀਆਂ ਕੋਈ ਵੀ ਵੈਰਾਈਟੀਆਂ ਅਸੀਂ ਉਹਨਾਂ ਨੂੰ ਪਾਣੀ ਲਾਣੇ ਆ ਨਾ, ਉਹ ਪੌਦੇ ਸੁੱਕਣੇ ਸ਼ੁਰੂ ਹੋ ਜਾਂਦੇ ਆ। ਇਹਦੀ ਇੱਕ ਖੂਸੀਅਤ ਆ ਵੀ ਇਹ ਗਿੱਲੇ ਪੱਤਰ ਦੇ ਵਿੱਚ ਵੀ ਪਾਣੀ ਲੱਗ ਸਕਦਾ, ਖਾਦ ਕੋ ਪਾਉਣੀ ਆ ਤਾਂ ਪਾਣੀ ਲਾਉਣਾ ਤਾਂ ਕੋਈ ਮਸਲਾ ਨਹੀਂ। ਮਸਲਾ ਇਹ ਬੰਦੇ ਕੋ ਪਾਣੀ ਡਰਦੇ ਲਗਾਉਂਦੇ ਹੀ ਨਹੀਂ ਆ ਕਿ ਮਿਰਚ ਦਾ ਪੌਦਾ ਸੁੱਕ ਨਾ ਜਾਵੇ, ਲੇਕਿਨ ਇਹਦਾ ਇਦਾਂ ਦਾ ਕੋਈ ਇਸ਼ੂ ਨਹੀਂ ਹੈ। ਬਾਕੀ ਇਹ ਸਾਰੀ ਫੀਲਡ ਮਾਸ਼ਾਅੱਲਾ ਇੱਕੋ ਜਿਹੀ ਆ, ਕੋਈ ਉਹਦੇ ਵਿੱਚ ਕੋ ਲਹਿਦਾ ਦੇਖਣ ਦੀ ਜ਼ਰੂਰਤ ਨਹੀਂ ਆ ਪੌਦੇ ਨੂੰ। ਜਕਾੜ ਹੀ ਲਾਇਆ ਅਸੀਂ, ਇਨਸ਼ਾਅੱਲਾ ਤਾਲਾ ਇਨਸੈਕਟ ਨੈਟ ਦੇ ਵਿੱਚ ਨੈਕਸਟ ਈਅਰ ਨਾ ਲਗਾਵਾਂਗੇ। ਹਾਂਜੀ, ਉਹ ਆਰਜ਼ੀ ਤੌਰ ਤੇ ਇੱਕ ਬਣਾਇਆ ਤੁਸੀਂ, ਹਾਂ ਇਹ ਸਿਰਫ ਕਹਿ ਲਓ ਤਜਰਬਾ ਹੀ ਕੀਤਾ ਸੀ, ਵਾਈਟ ਫਲਾਈ ਉੱਤੇ ਕਾਫੀ ਨਜ਼ਰ ਆ ਰਹੀ ਹੈ। ਬਾਕੀ ਆ ਕੈਮਰਾਮੈਨ ਭਾਈ ਦਿਖਾ ਰਿਹਾ ਤੁਹਾਨੂੰ, ਹਾਂਜੀ, ਕੋਈ ਪੌਦਾ ਵੀ ਲੱਭਣ ਦੀ ਜ਼ਰੂਰਤ ਨਹੀਂ ਹੈ ਵੀ ਕਿਹਦੇ ਨਾਲ ਮਿਰਚਾ ਲੱਭ ਕੇ ਅਸੀਂ ਤੁਹਾਨੂੰ ਦਿਖਾਈਏ, ਹਰ ਪੌਦੇ ਦੇ ਨਾਲ ਆਲੀ ਹਰ ਪੌਦਾ, ਕੋਈ ਵੀ ਲਾਈਨਾਂ ਲੈ ਲਓ, ਕੋਈ ਪੌਦਾ ਦੇਖ ਲਓ ਉਹਦੇ ਨਾਲ ਲੱਗੀਆਂ ਆ। ਬਾਕੀ ਨਦੀਮ ਸਾਹਿਬ ਦੇ ਨਾਲ ਸਾਰੇ ਦੋਸਤ ਅਟੈਚ ਰਹਿਣ, ਜਿਨ੍ਹਾਂ ਨੇ ਵੈਰਾਈਟੀ ਲਗਾਈ ਆ, ਨਹੀਂ ਲਗਾਈ, ਖੀਰੇ ਦੇ ਨਾਲ ਕੋਈ ਵੀ ਕ੍ਰੌਪ ਲਗਾਈ ਆ, ਖੀਰਾ, ਟਮਾਟਰ, ਕਰੇਲਾ, ਮਿਰਚ ਦੇ ਖਾਸ ਕਰ ਜਿਹੜੇ ਸਪੈਸ਼ਲਿਸਟ ਨੇ ਖੀਰਾ ਔਰ ਮਿਰਚ, ਬਿਲਕੁਲ ਇਹਦੇ ਮਾਸ਼ਾਅੱਲਾ ਉਹਨਾਂ ਦਾ ਨਾ ਬਹੁਤ ਜ਼ਿਆਦਾ ਐਕਸਪੀਰੀਅੰਸ ਆ। ਤੁਸੀਂ ਵੈਰਾਈਟੀ ਲਵੋਗੇ ਤਾਂ ਫੋਨ ਚੱਕਣਗੇ ਤੇ ਤੁਹਾਨੂੰ ਮਸ਼ਵਰਾ ਦੇਣਗੇ, ਮਸ਼ਵਰਾ ਫ੍ਰੀ ਆ, ਕੋਈ ਬੰਦਾ ਵੀ ਰਾਬਤਾ ਕਰਕੇ ਕਿਸੇ ਕ੍ਰੌਪ ਦੀ ਵੀਡੀਓ ਭੇਜੋ ਤੁਸੀਂ, ਉਹ ਤੁਹਾਨੂੰ ਉਹਦੀ ਰეკਮੈਂਡੇਸ਼ਨ ਦੇ ਦੇਣਗੇ ਕਿ ਕਿਉਂ ਕੀ ਮਸਲਾ ਇਹਨੂੰ, ਕਿਸ ਤਰ੍ਹਾਂ ਠੀਕ ਹੋ ਸਕਦਾ। ਕੋਈ ਮਸਲਾ ਆਂਦਾ ਨਾ, ਜਿਹੜੀ ਰეკਮੈਂਡੇਸ਼ਨ ਕਰਨਗੇ ਨਾ, ਬਿਮਾਰੀ ਜਿਹੜੀ ਵੀ ਹੋਈ ਉਹ ਸਹੀ ਡਾਇਗਨੋਸ, ਬਿਲਕੁਲ ਪੈਸਟੀਸਾਈਡ ਦੇ ਹਵਾਲੇ ਨਾਲ, ਪਹਿਲੀ ਫਰਟੀਲਾਈਜ਼ਰ ਦੀ, ਫਰਟੀਲਾਈਜ਼ਰ ਦੇ ਤਾਂ ਹਵਾਲੇ ਨਾਲ ਬਹੁਤ ਜ਼ਿਆਦਾ ਮਾਹਰ ਆ, ਲੇਕਿਨ ਪੈਸਟੀਸਾਈਡ ਵੀ ਤੁਹਾਨੂੰ ਹਰ ਬਿਮਾਰੀ ਦੱਸਣਗੇ। ਫਿਰ ਦੂਸਰਾ ਇਨਸ਼ਾਅੱਲਾ ਅੱਗੇ ਤੋਂ ਨੈਕਸਟ ਸੀ ਜਿਹੜੇ ਅੱਜ ਬਸੂਫ ਕਾਫੀ ਨਦੀਮ ਸਾਹਿਬ ਸਾਡੇ ਨਾਲ ਨਹੀਂ ਆ ਸਕਦੇ, ਤੇ ਉਹ ਖੀਰੇ ਦੀ ਪ੍ਰੋਡਕਸ਼ਨ ਵੀ ਲੋਕਲ ਸਟਾਰਟ ਕਰ ਰਿਹਾ ਇਨਸ਼ਾਅੱਲਾ, ਵਰਾਈਟੀਆਂ ਦੇ ਹਵਾਲੇ ਨਾਲ ਇੱਥੇ ਕਰ ਰਹੇ ਹਾਂ ਵਰਕ, ਪਹਿਲੇ ਤਾਂ ਸਾਰੀਆਂ ਬਾਹਰੋਂ ਇੰਪੋਰਟ ਕਰ ਰਹੇ ਹਾਂ, ਅੱਗੇ ਤੋਂ ਇਨਸ਼ਾਅੱਲਾ ਨੈਕਸਟ ਕੋਸ਼ਿਸ਼ ਕਰਾਂਗੇ ਇੱਥੇ ਦੀਆਂ ਵਰਕਿੰਗ ਸਟਾਰਟ ਕਰ ਦਿੱਤੀ ਆ ਵੀ ਲੋਕਲ ਜਿਹੜੀ ਵਰਾਈਟੀਜ਼ ਆ ਅਸੀਂ ਆਪਣੇ ਦੋਸਤਾਂ ਨੂੰ ਉਹ ਵੀ ਮੁਤਾਰਫ
ਇਹਦੇ ਉੱਪਰ ਨਾ ਤੁਸੀਂ ਸਪਰੇ ਕਰੋ ਰੇਡੀਐਂਟ ਦੀ ਦੱਸੀ ਸੀਗੀ ਉਹ ਇੱਥੋਂ ਮਿਲੀ ਨਹੀਂ ਮੈਨੂੰ ਤੇ ਅੱਜ ਮੈਂ ਮੰਗਵਾਈ ਆ ਅੱਜ ਮਿਲੇਗੀ ਠੀਕ ਹੋ ਗਿਆ ਸਬੂ ਕਰਵਾਓਗੇ ਇਨਸ਼ਾਅੱਲਾ ਤਾਲਾ ਇਹਦੇ ਨਾ ਬਹੁਤ ਅੱਛੀ ਇਹ ਤੁਸੀਂ ਦੇਖੋ ਕੋਈ ਬਿਮਾਰੀ ਜਦ ਤੱਕ ਡਾਇਗਨੋਸ ਤੁਹਾਨੂੰ ਹੋ ਜਾਂਦੀ ਫਿਰ ਆਪੀ ਤੁਹਾਨੂੰ ਇਹ ਦੇਖੋ ਨਾ ਕੋਈ ਵੀ ਇਹਨੇ ਇਹ ਸ਼ਾਖ ਚੱਲ ਰਹੀ ਨਹੀਂ ਤੇ ਇਧਰ ਨੂੰ ਨਿਕਲ ਗਈ ਉਹਨੂੰ ਸ਼ੂਟਿੰਗ ਸ਼ੁਰੂ ਹੋ ਗਈ ਇਧਰ ਨੂੰ ਨਿਕਲੀ ਉਹਨੂੰ ਸ਼ੁਰੂ ਹੋ ਗਈ ਪੂਰੀ ਨਾ ਇੱਕ ਫਲਾਵਰਿੰਗ ਨਾਲ ਇਹਦਾ ਸਟਰਕਚਰ ਬਣੀ ਜਾਣ ਰਿਹਾ ਇਸ ਤਰ੍ਹਾਂ ਖਿਲਾਰ ਬਣਨਾ ਇਹਦਾ ਖਿਲਾਰ ਬਣੀ ਜਾਣ ਰਿਹਾ ਤੇ ਇਹਦਾ ਸਾਈਜ਼ ਕਹਿੰਦੇ ਸੀਗੇ ਵੀ 3.5 ਫੁੱਟ ਤੱਕ ਤਕਰੀਬਨ ਹੋ ਜਾਂਦਾ ਹੈ ਹੋ ਜਾਂਦਾ ਤੇ ਮੇਰੇ ਕੋਲ ਹਲੇ ਤਕਰੀਬਨ 1.5 ਫੁੱਟ ਤੱਕ ਹੈ ਮੈਕਸਿਮਮ ਸਾਈਜ਼ ਬਾਕੀ ਨਦੀਮ ਸਾਹਿਬ ਫਰਟੀਲਾਈਜ਼ਰ ਦੇ ਮਾਸ਼ਾਅੱਲਾ ਬਹੁਤ ਜ਼ਿਆਦਾ ਮਾਹਰ ਆ ਜਿਹੜੀ F116 ਆ ਉਹ ਹੁਣੀ 2 ਫੁੱਟ ਪਲੱਸ ਹੋਈ ਆ ਲੇਕਿਨ ਉਹਦੇ ਨਾਲ ਮਿਰਚ ਕੋਈ ਨਹੀਂ ਗਈ ਉਹ ਸਟਰਕਚਰ ਵੀ ਪੌਦੇ ਵਾਲਾ ਨਹੀਂ ਹੈ ਪੂਰਾ ਕੈਮਰਾਮੈਨ ਅਗਰ ਇੱਧਰ ਦਿਖਾਣ ਤੇ ਇਹ ਦੇਖੋ ਇਹ ਬਿਲਕੁਲ ਗਲਤੀ ਨਾਲ ਨਾ ਕਿਤੇ ਉਹ ਪੌਦਾ HF16 ਦਾ ਹਾਂਜੀ ਇਹ ਨਾ 16 F1 ਦਾ ਹਾਂਜੀ ਇਹ ਹੈਗਾ HF86 ਦਾ ਇਹ ਦੇਖੋ ਉਹਦੇ ਨੀਚੇ ਆਇਆ ਇਸ ਦੇ ਬਾਵਜੂਦ ਇਹ ਪੌਦਾ ਦਾ ਸਾਈਜ਼ ਦੇਖੋ ਉਹਦੇ ਨਾਲ ਡਬਲ ਨਾਲੋਂ ਵੀ ਜ਼ਿਆਦਾ ਲੇਕਿਨ ਇਹਦੇ ਨਾਲ ਆ ਦੇਖੋ ਫਰੂਟ ਜਿੰਨੇ ਲੱਗੇ ਫਲ ਤਿਆਰ ਹੋ ਰਿਹਾ ਤੇ ਇਹਦੇ ਨਾਲ ਹਲੇ ਤੱਕ ਕੋਈ ਫਰੂਟ ਨਹੀਂ ਬਣਿਆ ਬਿਲਕੁਲ ਇਹ ਬੜੀ ਗੌਰ ਤਲਬ ਗੱਲ ਹੈ ਹਾਂਜੀ ਇਤੇ ਤੁਸੀਂ ਇੱਕ ਹੋਰ ਕਰੋ ਜ਼ਰਾ ਵੀ ਦੋ ਪੌਦੇ ਬਿਲਕੁਲ ਬਰਾਬਰ ਸਾਹਿਬ ਫਰਟੀਲਾਈਜ਼ਰ ਦੇ ਹਵਾਲੇ ਨਾਲ ਬਾਹਰੋਂ ਜਿਹੜੀਆਂ ਚੀਜ਼ਾਂ ਇੰਪੋਰਟ ਕਰ ਰਹੇ ਆਪਣੀ ਫਰਟੀਲਾਈਜ਼ ਆਪਣੇ ਜਿਹੜੇ ਫਾਰਮੂਲੇ ਦੇ ਕੇ ਬੰਦਿਆਂ ਕੋਲੋਂ ਉਹ ਤਿਆਰ ਕਰਵਾ ਰਹੇ ਉੱਥੇ ਕੋਈ 3-4 ਚੀਜ਼ਾਂ ਸਾਡੇ ਕੋਲ ਹੈ ਜਿਹੜੀਆਂ ਨਦੀਮ ਸਾਹਿਬ ਨੇ ਸਪੈਸ਼ਲ ਬਣਵਾਈਆਂ ਵਾ ਉਹਦਾ ਮੈਂਸ਼ਨ ਮੈਂ ਕਰ ਦਿੰਦਾ ਦੂਸਰੇ ਨੰਬਰ ਦੇਣ ਦਾ ਮਕਸਦ ਹੈ ਵੀ ਉਹ ਜਿਹੜੇ ਦੋਸਤ ਨੂੰ ਚਾਹੀਦੀਆਂ ਵਾ ਉਹ ਇਨਫੋਰਮੇਸ਼ਨ ਵੀ ਲੈ ਸਕਦਾ ਫੋਨ ਕਰਕੇ ਤੇ ਪ੍ਰੋਡਕਟ ਜਿਹਨੂੰ ਚਾਹੀਦਾ HF86 ਵੀ ਤੋਂ ਸਾਡੇ ਪ੍ਰੋਡਕਟ ਜਿਹੜੇ ਅਸੀਂ ਵੀਡੀਓ 'ਚ ਦਿਖਾ ਰਹੇ ਉਹ ਸਾਰੇ ਇਹਨਾਂ ਨੰਬਰਾਂ 'ਤੇ ਰਾਬਤਾ ਕਰਕੇ ਲੈ ਸਕਦੇ ਉਹਦੇ ਵਿੱਚ ਇੱਕ ਤਾਂ ਪੌਦਾ ਪਨੀਰੀ ਤੋਂ ਜਦੋਂ ਸ਼ਿਫਟ ਕਰਨ ਤੋਂ ਬਾਅਦ ਪੌਦਾ ਦਾ ਸਟਰਕਚਰ ਬਣਾਉਣ ਲਈ ਅਸੀਂ ਦੇ ਰਹੇ ਹਾਂ ਸਪੀਡ ਅਪ ਦੇ ਨਾਮ ਤੋਂ ਲੀਟਰ ਪੈਕ ਦੇ ਵਿੱਚ ਉਹ ਝਾੜੀ ਬਣਾਏਗਾ ਪੌਦੇ ਦੀ ਗਰੋਥ ਕਰਵਾਏਗਾ ਮੇਨਟੇਨ ਗਰੋਥ ਕਰਵਾਏਗਾ ਕੋਈ ਫਾਰਮੂਲਾ ਇੱਕ ਐਸਾ ਉਹਨਾਂ ਨੇ ਉਹ ਕੋ ਪੋਟਾਸ਼ ਤੇ ਹੋਰ ਸਲਫਰ ਵਗੈਰਾ ਹੋਰ ਚੀਜ਼ਾਂ ਮੈਂਸ਼ਨ ਵਿੱਚ ਕੀਤੀਆਂ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਜਿਹੜਾ ਪੌਦਾ ਜੜ ਨਹੀਂ ਬਣਾ ਰਿਹਾ ਗਰੋਥ ਰੁਕੀ ਹੈ ਨਾ ਉਹਦੀ ਉਹਦਾ ਮੈਂ ਉਹਨਾਂ ਨੂੰ ਬਲਕਿ ਰਿਕੁਐਸਟ ਕੀਤੀ ਸੀ ਕਿ ਮੈਨੂੰ ਲਾਜ਼ਮੀ ਭਜਵਾਓ ਤੇ ਉਹ ਅਸੀਂ ਉਹਨੂੰ ਪ੍ਰੋਡਕਟ ਮੈਂ ਹੁਣ ਦੱਸ ਦਿਨਾ ਨਾ ਫਰਦਨ ਫਰਦਨ ਜਿਹੜੇ ਜਿਹੜੇ ਅਸੀਂ ਬਣਵਾਏ ਤਿਆਰ ਕਰਕੇ ਦੇ ਰਹੇ ਹਾਂ ਇੱਕ ਉਹਦੇ ਵਿੱਚ ਕੈਲਸੀ ਮੈਕਸ ਦੇ ਰਹੇ ਹਾਂ ਜਿਹੜਾ ਪੌਦਾ ਜੜ ਨਹੀਂ ਥੱਲੇ ਜਾ ਰਹੀ ਪੌਦਾ ਗਰੋਥ ਨਹੀਂ ਕਰ ਰਿਹਾ ਮਤਲਬ ਇਹ ਜ਼ਿਆਦਾ ਹੋ ਗਈ ਉਸ ਹਿਸਾਬ ਨਾਲ ਉਹਦੀ ਗਰੋਥ ਨਹੀਂ ਹੈ ਉਹਦੇ ਲਈ ਕੈਲਸੀ ਮੈਕਸ ਹੈ ਇੱਕ ਤਾਂ ਕੈਲਸ਼ੀਅਮ ਆ ਹੋਰ ਕਾਫੀ ਚੀਜ਼ਾਂ ਉਹਨਾਂ ਨੇ ਐਡ ਕਰਵਾਈਆਂ ਉਹਦੇ ਵਿੱਚ ਗਰੋਥ ਅਗਰ ਤੁਸੀਂ ਫੌਰਨ ਅਪਲਾਈ ਕਰਾਓਗੇ ਤਾਂ ਇਨਸ਼ਾਅੱਲਾ 1-2 ਦਿਨ ਦੇ ਵਿੱਚ ਤੁਸੀਂ ਬਹੁਤ ਫਰਕ ਦੇਖੋਗੇ ਉਹਦਾ ਉਹ 20 ਲੀਟਰ ਦਾ ਗਿੱਲ ਹੈ ਨਾ ਤਕਰੀਬਨ 2-3 ਏਕੜ ਦੇ ਉੱਪਰ ਤੁਸੀਂ ਅਪਲਾਈ ਕਰ ਸਕਦੇ ਹੋ ਫੋਲੀਅਰ ਫੋਲੀਅਰ ਨਹੀਂ ਫਲੱਡ ਲਈ ਅੱਛਾ ਫਲੱਡ ਲਈ 20 ਲੀਟਰ ਵਾਲਾ ਜਿਹੜਾ ਫਲੱਡ ਲਈ ਫੋਰੀਅਰ ਦੇ ਵਿੱਚ ਸਾਡੇ ਕੋਲ ਹੈ 45-55 ਅੱਛਾ 45 ਮੈਂ ਯੂਜ਼ ਕਰਦਾ ਰਿਹਾ ਉਹਦਾ ਰਿਜ਼ਲਟ ਬਹੁਤ ਉਹਦਾ ਰਿਜ਼ਲਟ ਅੱਛਾ ਆਇਆ ਉਹ 55% ਉਹਦੇ ਪੋਟਾਸ਼ ਆ ਜਦੋਂ ਫਰੂਟਿੰਗ ਤੇ ਉੱਪਰ ਆ ਜਾਂਦਾ ਫਰੂਟ ਡਿਵੈਲਪਮੈਂਟ ਬਹੁਤ ਤੇਜ਼ ਕਰਦਾ ਵਾ ਉਹਦਾ ਜ਼ਾਇਕਾ ਵੀ ਬਿਹਤਰ ਕਰਦਾ ਕਿਉਂਕਿ 55% ਪੋਟਾਸ਼ ਆ ਤੇ ਫਰੂਟਿੰਗ ਜ਼ਿਆਦਾ ਕੱਢਦਾ ਫਰੂਟ ਮੈਚੁਰ ਜਲਦੀ ਹੁੰਦਾ ਤਿਆਰ ਹੁੰਦਾ ਉਹ ਸਰ ਨੇ ਕਾਫੀ ਕਾਰਟਨ ਇਸਤੇਮਾਲ ਕੀਤੇ ਪਿਛਲੇ ਸਾਲ ਤੋਂ ਉਹਦਾ ਰਿਜ਼ਲਟ ਤਾਂ ਤੁਸੀਂ ਦੱਸ ਸਕਦੇ ਹੋ ਉਹ ਇੱਥੇ ਡਿਮਾਂਡ ਹੀ ਨਹੀਂ ਸੀ ਤੁਸੀਂ ਐਦ ਕਿਉਂ ਪਹੁੰਚਾ ਹੀ ਨਹੀਂ ਸਕੇ ਬਿਲਕੁਲ ਮੈਨੂੰ ਖੁਦ ਨੂੰ ਇੰਨੀ ਜ਼ਰੂਰਤ ਸੀਗੀ ਫਿਰ ਲਿਕਵਿਡ ਪੋਟਾਸ਼ ਸਾਡੀ ਜਿਹੜੀ ਆ ਚਿਲੇਟਡ ਫਾਰਮ ਦੇ ਵਿੱਚ ਉਹ ਅਸੀਂ ਬਾਹਰ ਸਪੈਸ਼ਲ ਤਿਆਰ ਕਰਵਾ ਕੇ ਇੰਪੋਰਟਡ ਜਾਰਡਨ ਤੋਂ ਉਹ ਦੇ ਰਹੇ ਉਹ ਵੀ ਤੁਸੀਂ ਅਪਲਾਈ ਕੀਤੀ ਆ 20 ਲੀਟਰ ਲਗੇ ਲੰ ਖਾਇਓ ਐਸ ਕੈਲ ਦੇ ਨਾਮ ਤੋਂ ਹਾਂਜੀ ਕੀਤੀ ਹੈ ਉਹਦੇ ਰਿਜ਼ਲਟ ਵੀ ਥੋੜੇ ਦੱਸੋ ਕਿ ਕਿਸ ਤਰ੍ਹਾਂ ਕੀਤੀ ਸੀ ਮੈਂ ਖੀਰੇ ਤੇ ਵੀ ਪਿਛਲੇ ਸਾਲਾਂ ਤੋਂ ਕਰ ਰਹੇ ਤੁਸੀਂ ਇਹ ਸ਼ਾਟ ਲਿਓ ਟਮਾਟਰ ਦਾ ਦੇਖਿਓ ਮੇਰਾ ਟਮਾਟਰ ਮਾਸ਼ਾਅੱਲਾ ਫੁੱਲ ਫੁੱਲ ਫਰੂਟ ਨਾ ਸਾਰਾ ਨਾ ਉਹਦਾ ਫੁੱਲ ਹੋਇਆ ਨਹੀਂ ਉਹ ਵੀ ਅਸੀਂ ਸ਼ਾਟ ਸਾਰੇ ਤੁਹਾਡੇ ਫਾਰਮ ਦੇ ਟੋਟਲ ਵਿੱਚ ਲਗਵਾ ਦਾਂਗੇ ਇਸ ਲਈ 3-4 ਚੀਜ਼ਾਂ ਵਾ ਇਹ ਸਾਰੀਆਂ ਸਾਡੇ ਚੈਨਲ ਤੇ ਤੁਸੀਂ ਰਾਬਤਾ ਕਰੋ YouTube ਤੇ ਚਾਹੇ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਬਾਕੀ ਐਡ ਕੀ ਮੇਰੇ ਚਾਹ ਰਿਕਾਰਡ ਸਿਸਟਮ ਤੇ ਲਾਈ ਆ ਤੇ ਇਨਸ਼ਾਅੱਲਾ ਨੈਕਸਟ ਜਿਹੜਾ ਆ ਉਹ ਅਸੀਂ ਲਗਾਵਾਂਗੇ ਨਹੀਂ ਨਹੀਂ ਪ੍ਰੋਪਰ ਹੁਣ ਐਡ ਕੀ ਤਾਂ ਥੋੜਾ ਡਰ ਕੇ ਤੁਸੀਂ ਲਗਾਈ ਨਾ ਅਗਲੇ ਸਾਲ ਖੁੱਲ ਕੇ ਤਾਂ ਪੂਰੀ ਤਿਆਰੀ ਕਰਕੇ ਲਗਾਵਾਂਗੇ ਤਿਆਰੀ ਕਰਕੇ ਉਹ ਬਹੁਤ ਗੇਤੀ ਲਗਾਵਾਂਗੇ ਇਹਦੇ ਨਾਲ ਉਹਨਾਂ ਕੋ ਮਹੀਨਾ 2 ਮਹੀਨੇ ਨਾ ਗੇਤੀ ਲਗਾਵਾਂਗੇ ਨਹੀਂ ਇਹ ਤਾਂ ਜਿੰਨੀ ਮਰਜ਼ੀ ਗੇਤੀ ਤੁਸੀਂ ਇਨਸੈਕਟ ਦੇ ਵਿੱਚ ਲਗਾ ਸਕਦੇ ਹਾਂਜੀ ਕਿਉਂਕਿ ਹੋਰ ਕੋਈ ਵੈਰਾਈਟੀ ਨਹੀਂ ਹੈ ਜਿਹੜੀ ਗੇਤਾ ਫਰੂਟ ਤਿਆਰ ਕਰਦੀ ਆ ਇਹ ਮਾਸ਼ਾਅੱਲਾ ਗਰਮੀ ਦੇ ਵਿੱਚ ਵੀ ਜਿੰਨੇ ਫਰੂਟ ਨਹੀਂ ਸਿੱਟਿਆ ਹੈਗਾ ਉਹਨੇ ਸਾਰਾ ਤਿਆਰ ਕਰਨਾ ਜਿੰਨਾ ਗੇਤਾ ਲਗਾ ਲਓਗੇ ਤੁਸੀਂ ਉਨਾ ਹੀ ਜਲਦੀ ਤਿਆਰ ਕਰੇਗੀ ਹੋਰ ਬਾਕੀ ਦੋਸਤ ਸਾਰੇ ਜਿਹੜੇ ਵੀ ਚੈਨਲ ਦੇ ਉੱਪਰ ਨਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਟਨਲ ਦੇ ਹਵਾਲੇ ਨਾਲ ਮਿਰਚ ਦੇ ਹਵਾਲੇ ਨਾਲ ਨਵੀਂ ਤੋਂ ਨਵੀਂ ਮੌਸਮ ਦੇ ਹਿਸਾਬ ਨਾਲ ਸਾਰੀਆਂ ਵੀਡੀਓ ਅੱਗੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਮੁਖਤਲਫ ਫਾਰਮ ਦੀਆਂ ਸ਼ੁਕਰੀਆ